ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਵੱਲੋਂ ਅੱਜ ਅਤੇ 8 ਅਕਤੂਬਰ ਨੂੰ ਸੁਖਨਾ ਝੀਲ ਵਿਖੇ ਭਾਰਤੀ ਹਵਾਈ ਫੌਜ ਦੇ 에ਅਰ ਸ਼ੋਅ ਲਈ ਲਗਭਗ 400 ਬੱਸਾਂ ਨੂੰ ਡਾਇਵਰਟ ਕੀਤਾ ਗਿਆ। ਇਸ ਨਾਲ ਆਮ ਬੱਸ ਸੇਵਾਵਾਂ ਦੋਵੇਂ ਦਿਨ 6 ਅਤੇ 8 ਅਕਤੂਬਰ ਨੂੰ ਪ੍ਰਭਾਵਿਤ ਰਹਿਣਗੀਆਂ। CTU ਪ੍ਰਵੇਸ਼ ਪਾਸ ਦੀ ਬੁਕਿੰਗ ਤੋਂ ਬਾਅਦ ਚੰਡੀਗੜ੍ਹ ਟੂਰਿਜ਼ਮ ਐਪ ਰਾਹੀਂ 20 ਰੁਪਏ ਦੇ ਆਨਲਾਈਨ ਭੁਗਤਾਨ ਦੇ ਬਦਲੇ ਪਾਰਕਿੰਗ ਪੁਆਇੰਟਾਂ ਅਤੇ ਸੁਖਨਾ ਝੀਲ ਦੇ ਵਿਚਕਾਰ ਦਰਸ਼ਕਾਂ ਨੂੰ ਲੈ ਜਾਣ ਦੇ ਲਈ ਇੱਕ ਸ਼ਟਲ ਸੇਵਾ ਚਲਾਈ ਆਏਗਾ ਯੂਟੀ ਦੇ ਟ੍ਰਾਂਸਪੋਰਟ ਡਾਇਰੈਕਟਰ ਪ੍ਰਦੀਮਨ ਸਿੰਘ ਨੇ ਕਿਹਾ ਕਿ ਦੋਵੇਂ ਦਿਨ ਸਵੇਰੇ 10.5 ਵਜੇ ਤੱਕ ਅਤੇ ਸ਼ਾਮ 8 ਵਜੇ ਤੋਂ ਬਾਅਦ ਆਮ ਬੱਸ ਸੇਵਾਵਾਂ ਉਪਲਬਧ ਰਹਿਣਗੀਆਂ ਉਹਨਾਂ ਨੇ ਕਿਹਾ ਕਿ ਕੁਝ ਇਲੈਕਟ੍ਰਿਕ ਬੱਸਾਂ ਵੀਆਈਪੀ ਡਿਊਟੀ 'ਤੇ ਨੇ ਇਸ ਲਈ ਉਹਨਾਂ ਦੀਆਂ ਸੇਵਾਵਾਂ ਵੀ ਕੁਝ ਘੰਟਿਆਂ ਦੇ ਲਈ ਉਪਲਬਧ ਨਹੀਂ ਰਹਿਣਗੀਆਂ UT ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ 6 ਅਕਤੂਬਰ ਨੂੰ ਰਿਹਸਲ 에ਅਰ ਸ਼ੋਅ ਅਤੇ 8 ਅਕਤੂਬਰ ਨੂੰ ਫਾਈਨਲ ਇਵੈਂਟ ਲਈ ਸਾਰੇ 35000 ਸਲੋਟ ਬੁੱਕ ਕੀਤੇ ਗਏ ਨੇ UT ਟੂਰਿਜ਼ਮ ਦੇ ਡਾਇਰੈਕਟਰ ਰੁਪੇਸ਼ ਅਗਰਵਾਲ ਨੇ ਕਿਹਾ ਕਿ 8 ਅਕਤੂਬਰ ਦੇ ਲਈ ਸਾਰੇ ਪਾਸ ਮੰਗਲਵਾਰ ਨੂੰ ਹੀ ਬੁੱਕ ਹੋ ਗਏ ਸਨ 6 ਅਕਤੂਬਰ ਲਈ ਲਗਭਗ 25000 ਸੀਟਾਂ ਮੰਗਲਵਾਰ ਨੂੰ ਵੀ ਬੁੱਕ ਕੀਤੀਆਂ ਗਈਆਂ ਸਨ ਸਾਰੇ ਸਲੋਟ ਬੁੱਕ ਹੋ ਗਏ ਨੇ ਜਿਸ ਕਰਕੇ ਲੋਕਾਂ ਨੂੰ ਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਨਾਂ ਨੇ ਕਿ ਅਸੀਂ ਨਿੱਜੀ ਤੌਰ ਤੇ ਹਰ ਉਸ ਵਿਅਕਤੀ ਨਾਲ ਸੰਪਰਕ ਕੀਤਾ ਜਿਸ ਨੇ ਸਾਨੂੰ ਸ਼ਿਕਾਇਤ ਭੇਜੀ ਸੀ ਤੇ ਅਸੀਂ ਉਹਨਾਂ ਦੀ ਮਦਦ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਅਤੇ ਕੈਨੇਡਾ ਸਮੇਤ ਵਿਦੇਸ਼ਾਂ ਦੇ ਲੋਕਾਂ ਨੇ ਵੀ ਮੋਬਾਈਲ ਐਪ ਰਾਹੀਂ ਪਾਸ ਬੁੱਕ ਕਰਵਾਏ ਨੇ। ਜੀ ਅਸਲ ਅਤੇ ਫਾਈਨਲ ਦੋਵੇਂ ਸਮਾਗਮ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਤੈਅ ਕੀਤੇ ਗਏ ਨੇ। ਲੋਕਾਂ ਦੇ ਪਹੁੰਚਣ ਦਾ ਸਮਾਂ 2 ਵਜੇ ਤੱਕ ਦਾ ਹੈ। ਇਨ੍ਹਾਂ ਸਮਾਗਮਾਂ ਦੀ ਪ੍ਰਧਾਨਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਨਗੇ। ਸੁਖਨਾ ਝੀਲ 8 ਅਕਤੂਬਰ ਅਤੇ 8 ਅਕਤੂਬਰ ਨੂੰ ਸ਼ਾਮ 6 ਵਜੇ ਤੱਕ ਸੈਲਾਨੀਆਂ ਲਈ ਬੰਦ ਕਰ ਦਿੱਤੀ ਜਾਵੇਗੀ। ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਵਿਖੇ 에ਅਰ ਸ਼ੋ ਦੇ ਮੱਦੇਨਜ਼ਰ ਬਰਡ ਪਾਰਕ ਨੂੰ ਵੀ ਦਰਸ਼ਕਾਂ ਲਈ ਦੋਵੇਂ ਦਿਨ ਬੰਦਰ ਰੱਖਣ ਦਾ ਫੈਸਲਾ ਕੀਤਾ ਹੈ ਭਾਰਤੀ ਹਵਾਈ ਫੌਜ ਨੇ ਇਸ ਸਾਲ ਦੀ ਸਾਲਾਨਾ ਹਵਾਈ ਫੌਜ ਦਿਵਸ ਪ੍ਰੇਰ ਅਤੇ ਫਲਾਈ ਪਾਸਟ ਚੰਡੀਗੜ੍ਹ ਵਿੱਚ ਮਨਾਉਣ ਦਾ ਫੈਸਲਾ ਕੀਤਾ ਹੈ 에어 ਸ਼ੋਅ ਵਿੱਚ ਲਗਭਗ 80 ਜਹਾਜ਼ ਹਿੱਸਾ ਲੈਣਗੇ ਤੇ ਲਗਭਗ ਸਾਰੇ ਅਜ ਸੁਖਨਾ ਝੀਲ ਤੇ ਰਿਹਸਲ ਕਰਨਗੇ ਇਨ੍ਹਾਂ ਜਹਾਜ਼ਾਂ ਵਿੱਚ ਰਾਫੇਲ, ਚੰਦ, ਸੁਖੋਈ, ਐਸਯੂ30, ਜੈਗਵਾਰ, ਚੀਨੂਕ, ਪਾਚੇ ਤੇ ਐਮਆਈ17 ਸ਼ਾਮਿਲ ਹੋਣਗੇ ਅਕਾਸ਼ ਗੰਗਾ ਪੈਰਾਟਰੂਪਰ ਟੀਮ ਵੱਲੋਂ ਅੱਧੇ ਘੰਟੇ ਦੇ ਪ੍ਰੋਗਰਾਮ ਤੋਂ ਬਾਅਦ ਸ਼ੁਰੂ ਹੋਣ ਵਾਲੇ ਸ਼ੋਅ ਵਿੱਚ ਸਾਰੰਗ 에ਅਰ ਡਿਸਪਲੇ ਤੇ ਸੂਰਿਆ ਕਿਰਨ ਐਰੋਬੈਟਿਕਸ ਟੀਮਾਂ ਵੀ ਪ੍ਰਦਰਸ਼ਨ ਕਰਨਗੀਆਂ ਬਿਊਰੋ ਰਿਪੋਰਟ ਦਾਖਲਸ ਟੀਵੀ